ਅਸਲਾਮੁ ਅਲੈਕੁਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਦੇਖ ਰਹੇ ਹੋ ਪਾਕ ਪਤਨ ਐਨੀਮਲਸ ਟੀਵੀ। ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਰਿਆਜ਼। ਮਾਸ਼ਾਅੱਲਾ ਜਨਾਬ, ਜਿਵੇਂ ਕਿ ਵੀਰਾਂ ਨੂੰ ਪਤਾ ਹੈ, ਪਾਕ ਪਤਨ ਐਨੀਮਲਸ ਟੀਵੀ ਜਨਾਬ ਹਮੇਸ਼ਾ ਨੀਲੀ ਵਿਖਾਉਂਦਾ ਹੈ। ਲੈਣਾ ਦੇਣਾ ਮੁਕੱਦਰ ਜਾਂ ਨਸੀਬ ਹੈ, ਅੱਜ ਤਾਂ ਸ਼ਬਾਜ਼ ਬਾਈ ਨੇ ਸੇਲ ਹੀ ਲਾ ਦਿੱਤੀ। ਇਹ ਮਾਸ਼ਾਅੱਲਾ ਜਨਾਬ, ਮੇਰੇ ਕੋਲ 7 ਮੱਝਾਂ ਹਨ ਜਨਾਬ, ਅੱਜ 7 ਮੱਝਾਂ ਜਨਾਬ ਪਿਓਰ ਨੀਲੀ ਦੀਆਂ, ਸਾਰੀਆਂ ਇੱਕ ਦੋ ਤੋਂ ਵਧੀਆ ਚੜ੍ਹਦੀਆਂ ਜਨਾਬ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ, ਨਾਲ ਹੀ ਲੱਗੀ ਘੰਟੀ ਦਾ ਬਟਨ ਨੂੰ ਦਬਾਉਣਾ ਹੈ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਵੀਰਾਂ ਤੱਕ ਪਹੁੰਚੇ, ਵੀਰ ਵੇਖਦੇ ਰਹਿਣ। ਅੱਜ ਜਨਾਬ 18 ਤਰੀਕ ਹੈ, ਵੀਰਾਂ ਵਾਸਤੇ ਮੈਂ ਆਉਣਾ ਕਮਾਲ ਦੀ ਚੀਜ਼ਾਂ, ਅੱਲਾ ਦੇ ਹੁਕਮ ਨਾਲ ਰੇਟ ਵੀ ਮੁਨਾਸਬ ਹੋਣਗੇ। ਸਾਰੀ ਡਿਟੇਲ ਭਾਈ ਸਬਾਦ ਕੋਲ ਲਵਾਂਗੇ ਜਨਾਬ। 12 ਤਰੀਕ ਸਾਰੀ ਦੱਸ ਲੋਕੇਸ਼ਨ ਅੱਡਾ ਬੁੰਗਾ ਯਾਦ, ਤਹਿਸੀਲ ਜ਼ਿਲ੍ਹਾ ਪਾਕ ਪਤਨ ਸ਼ਰੀਫ, ਰਾਬਤਾ ਨੰਬਰ 0306-00-42-917। 18 ਤਰੀਕ ਹੈ ਜਨਾਬ, ਅੱਜ ਵੀਰਾਂ ਵਾਸਤੇ ਹਫਤੇ ਦਾ ਦਿਨ ਹੈ। 7 ਮੱਝਾਂ ਪਿਓਰ ਨੀਲੀ ਦੀਆਂ। ਚਲੋ ਜੀ, ਪਹਿਲਣ ਤੋਂ ਸਟਾਰਟ ਕਰ ਲਓ ਜਨਾਬ। ਇਹ ਜਨਾਬ ਪਹਿਲਣ, ਅੱਲਾ ਦੇ ਖਾਸ ਫਜ਼ਲੋ ਕਰਮ ਨਾਲ ਹੀਰੇ ਲੈ ਕੇ ਜਨਾਬ ਵੀਰਾਂ ਦੀ ਖਿਦਮਤ ਵਿੱਚ ਹਾਜ਼ਰ ਹੋ ਗਏ, ਔਰ ਇਨਸ਼ਾਅੱਲਾ ਵੀਰਾਂ ਨੂੰ ਵੀਡੀਓ ਪਸੰਦ ਆਏਗੀ ਤੇ ਰੇਟ ਵੀ ਪਸੰਦ ਆਣਗੇ। ਦੁੱਧ ਵਾਲੀਆਂ ਮੱਝਾਂ ਜਨਾਬ ਅੱਜ ਵੀਰਾਂ ਕੋਲ ਲੈ ਕੇ ਹਾਜ਼ਰ ਹੋਏ ਹੈ। ਪਾਓ ਜੀ ਸ਼ਬਾਸ ਬਾਈ, ਪੱਠੇ ਸੱਟ ਦਿਓ ਅੱਗੇ ਤੇ ਆ ਜਾਓ, ਇੱਧਰ ਆ ਜਾਓ। ਆਓ ਜੀ ਸ਼ਬਾਸ ਬਾਈ, ਆਓ, ਬਿਸਮਿਲ੍ਲਾ ਕਰੋ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ, ਕੀ ਹਾਲ ਹੈ ਬਾਈ ਰਿਆਜ਼? ਅਲਹਮਦੁਲਿਲਾ ਜੀ। ਸਾਰੇ ਵੀਰਾਂ ਦੋਸਤਾਂ ਨੂੰ ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਲੈਣਾ ਦੇਣਾ ਨਸੀਬ, ਬਿਲਕੁਲ ਜੀ, ਇੰਨੀਆਂ ਇਕੱਠੀਆਂ ਕਰਨੀਆਂ ਤੇ ਲਿਆਣਿਆ ਕੋਈ ਖਾਲਾ ਨਹੀਂ ਦਾ ਵਾੜਾ ਨਹੀਂ ਹੈ। ਬਿਲਕੁਲ ਜੀ ਬਿਲਕੁਲ, ਮਿਹਨਤ ਹੁੰਦੀ ਹੈ, ਮਿਹਨਤ ਹੁੰਦੀ ਹੈ, ਦੂਸਰਾ ਮਹੀਨਾ ਹੈ। ਬਿਲਕੁਲ, ਅੱਗੇ ਆ ਜਾ, ਗਾਣਾ ਸਿਰ ਨਹੀਂ ਖਾਣਾ, ਵੀਡੀਓ ਲੰਮੀ। ਠੀਕ ਹੈ ਜੀ। ਪਹਿਲਣ ਮਾਸ਼ਾਅੱਲਾ ਜੀ, ਜੈਨਵੈਨ ਪਹਿਲਣ, ਮੂੰਹ ਛਿੱਕੀ ਪੂਰੀ ਹੁੰਦੀ ਪਈ, ਸੋਹਣਾ ਲਿਬਾਸ ਥੋੜਾ ਜਿਹਾ ਅੰਦਰ ਰੱਖਦੀ ਹੈ, ਠੀਕ ਹੈ, ਪੱਕੇ ਲੇਵੇ ਦੀ ਛਿੱਕ ਨਾਲ ਛੱਡ ਦੇ ਰਿਆ, ਤੂੰ ਆਪਣੀ ਮਰਜ਼ੀ ਨਾਲ ਜਾਨਵਰ ਹੋ ਗਏ, ਆਪਾਂ ਉਹ ਕੰਮ ਨਹੀਂ ਕਰਨਾ। ਅੱਗੇ ਪੁੱਤਰ, ਅੱਗੋ ਹੀ ਕਰ ਬੇਟਾ, ਅੱਗੋ ਹੀ ਕਰ। ਲਓ ਜੀ, ਲਓ ਮਾਸ਼ਾਅੱਲਾ, ਠੀਕ ਹੈ, ਪਿਛਲੇ ਦੋਨੋਂ ਪੈਰ ਸਫੈਦ, ਠੀਕ ਹੈ ਜੀ, ਬਰੀਕ ਪੂਛ, ਸਬਾਸ ਬਾਈ ਵੀਡੀਓ ਜ਼ਿਆਦਾ ਲੰਬੀ ਨਾ ਹੋ ਜਾਵੇ, ਰੋਗ ਵਾਲਾ ਥਣ, ਪਿੱਛੇ ਕੱਟੀ ਹੱਡੀ ਇੱਕ, ਖੁੱਡਾ ਚੰਗਾ, ਇਨਸ਼ਾਅੱਲਾ ਅਗਲੀ ਸਾਈਡ ਤੇ ਜਾ ਸਨ ਹੋਰ ਮਜ਼ਾ ਆਵੇਗਾ। ਠੀਕ ਹੈ, ਇਹਦੇ ਕੋਲ ਇਹ ਪੱਕੇ ਛੱਡਿਆਂ ਨੇ ਦੁੱਧ ਕਰਦੀਆਂ ਹੁੰਦੇ ਸਾਰੇ ਨਾਲ ਨਾਲ। ਸਬਾਸ ਬਾਈ ਦੁੱਧ ਦੁੱਧ ਦੱਸੀ ਆਓ, ਅੱਗੋ ਖਾਓ, ਲਿਆਓ ਮਾਸ਼ਾਅੱਲਾ, ਲੰਮੀ ਬਰੀ ਮੱਝ, ਬੱਗੀ ਮੁੱਛ, ਸਫੈਦ ਮੱਥਾ, ਬਿੱਲੀਆਂ ਅੱਖਾਂ, ਇਹ ਵੇਖ ਲਓ, ਚੈੱਕ ਕਰਾ ਦਿਓ, ਹੱਟ ਬਾਈ ਹੱਟ ਹੱਟ। ਲਓ ਜੀ, ਬਲਾ ਬਲਦੇ ਪੈਣ, ਹਨੇਰੇ ਵਿੱਚ ਵੀ ਇਨਸ਼ਾਅੱਲਾ ਚਾਨਣ ਹੋਵੇਗਾ। ਇਹ ਜਿਹੜੇ ਮੇਰੇ ਵੀਰ ਸਮਝਦੇ ਨੇ, ਅੱਲਾ ਦੇ ਹੁਕਮ ਨਾਲ ਸਭ ਤੋਂ ਪਹਿਲੇ ਰੋਟੀ ਮੰਗਣਗੇ। ਬਿੱਲੀਆਂ ਅੱਖਾਂ, ਇਹਨੂੰ ਆਂਦੇ ਕਤਰੀ ਕਤਰੀ, ਕਿ ਮਿੰਟ ਲਾਜ਼ਮੀ ਕਰਨਾ ਮਾਸ਼ਾਅੱਲਾ ਦਾ, ਇਹ ਤੁਹਾਡੀ ਮਿਹਰਬਾਨੀ ਹੈ, ਲੈਣਾ ਦੇਣਾ ਨਸੀਬ ਦੀ ਗੱਲ ਹੈ। ਸਫੈਦ ਮੁੱਛ, ਲੜਕਾ ਲੜਕਾ ਬੇਟਾ ਕੋਈ ਡਰ ਨਹੀਂ, ਫੇਰ ਦਿਓ ਬਸ, ਪੋੜੀ ਦੁਨੀ ਰਿਆਜ਼ ਸਾਰੀ ਚੀਜ਼ ਦਾ ਕੈਮਰਾ ਵਿਖਾਈਆ, ਮੇਰੇ ਦੱਸਣ ਨਾਲ ਨਹੀਂ, ਠੀਕ ਹੈ, ਲੰਮੀ ਬੜੀ ਬਸ ਬੇਟਾ ਨਾ ਮਾਰ। ਲਓ ਜੀ, ਐ ਵੇਖੇ ਨਾ ਹੱਥ ਰੱਖਦੇ, ਐ ਲੁਕਰੀ ਨੇ, ਫੇ ਉਂਗਲ ਨਹੀਂ ਪੈਂਦੀ ਵਿੱਚ, ਮਾਸ਼ਾਅੱਲਾ ਛਿੱਕੀ ਮੂੰਹ ਦੇ ਵਿੱਚੋਂ, ਨਵਾਬ ਬਲਾ ਬਲਦੇ ਪੈਣ, ਗੱਲ ਕਰੀਏ ਮਾਸ਼ਾਅੱਲਾ ਨਾਲ ਨਾਲ ਡਿਮਾਂਡ ਦੀ ਬਾਈ ਰਿਆਜ਼ ਜੀ ਜੀ, ਨੰਬਰ ਇੱਕ, ਨੰਬਰ ਇੱਕ, ਪਿੱਛੇ ਕੱਟੀ, ਪਿੱਛੇ ਕੱਟੀ, 13 ਲੀਟਰ ਠੰਡਾ ਦੁੱਧ ਨਾ ਹੋਵੇ ਜੋਟੀ ਮੇਰੀ, 13 ਲੀਟਰ ਠੰਡਾ ਦੁੱਧ, ਇਹਦੇ ਹੁਸਨ ਦੇ ਪੈਸੇ ਹੋਣਗੇ ਜਿਹੜੇ ਦੱਸਾਂਗਾ, 3,65,000 ਸਿਰਫ। ਲਓ ਜੀ, 4.5 ਨੇ, 3,65,000 ਰੁਪਏ ਦੀ ਡਿਮਾਂਡ ਹੈ, 13 ਲੀਟਰ ਠੰਡਾ ਦੁੱਧ ਹੈ, ਥੱਲੇ ਕੱਟੀ ਹੈ ਕੱਟਾ, ਜੋਟੀ ਨੰਬਰ 1, 3,65,000 ਥੱਲੇ ਕੱਟੀ, ਹਾਂਜੀ, ਇਹਨੂੰ ਕਲੀਅਰ ਕਰ ਦੇ, ਅੱਗੇ ਆ ਜਾਓ। ਲਓ ਜਨਾਬ, ਜੋਟੀ ਨੰਬਰ 2, ਮਾਸ਼ਾਅੱਲਾ, ਸੋਹਣਾ ਲਿਬਾਸ, ਇਹ ਵੀ ਥੋੜਾ ਜਿਹਾ ਅੰਦਰ ਰੱਖਦੀ ਹੈ,
ਠੀਕ ਹੈ ਰਿਆਜ਼, ਠੀਕ ਹੈ, ਲੇਵੇ ਪੱਕੇ ਵਾਲੀਆਂ ਹਵਾਨਾ ਬੜਾ ਮਾਸ਼ਾਅੱਲਾ ਘੱਟ ਹੁੰਦਾ। ਟਾਈਮ ਕੀ ਹੋਇਆ ਤੇ ਮੋਬਾਈਲ ਤੇ ਟਾਈਮ ਵਿਖਾ ਦੇ, ਮੇਰਾ ਮੋਬਾਈਲ ਚਾਰਜ ਲੱਗਾ ਹੋਇਆ ਐ, ਚੈੱਕ ਕਰ ਇੱਕ ਕੱਢੀ ਪਸ਼ਮ ਚੰਗੀ 3 ਦਾ ਟਾਈਮ ਹੋਣਾ ਐ, ਵੇਖੋ ਨਾ ਬਰੀਕ ਪੂਛ, ਕੋਈ ਮੇਰੀਆਂ ਮੱਝਾਂ ਥਣਾ ਤੇ ਨਹੀਂ ਆਈਆਂ ਹੋਣਗੀਆਂ, ਠੀਕ ਹੈ, ਨਾਰਮਲ ਚੁਆਈ ਵਾਲਾ ਜਿਹੜੀ ਆਪਾਂ ਆਮ ਕਰਨੇ ਐ, ਐ ਚੈੱਕ ਕਰ ਤੇ ਇੱਕ ਇੱਕ ਟੁਰਨੀ ਵੀ ਨਹੀਂ, ਠੀਕ ਹੈ, ਇੱਥੇ ਵੇਖ ਲਵੇ ਕੋਈ ਵਾਧਾ ਘਾਟਾ ਹੋਵੇ ਮੈਂ ਜ਼ਿੰਮੇਦਾਰ ਹੋਵਾਂਗਾ, ਟੋਰ ਦਾ ਯੇ ਵੋ, ਠੀਕ ਹੈ ਠੀਕ, ਮੇਰੀ ਜ਼ਿੰਮੇਦਾਰੀ ਹੋਵੇਗੀ, ਠੀਕ ਹੋ ਗਿਆ, ਹਟ ਪਿਛਾਂ ਹਟ, ਇੱਕ ਰੰਗ ਦੀ, ਇੱਕ ਰੰਗ ਦੀ ਮਾਸ਼ਾਅੱਲਾ, ਹਟ ਜਾ ਲੋ ਇੱਕ ਰੰਗ ਦੀ ਮਾਸ਼ਾਅੱਲਾ, ਹਟ ਸਿੱਧੀ ਹੋ, ਠੀਕ ਹੋ ਗਿਆ, ਪਰਾ ਹੋ ਜਾ, ਪਿੱਛੇ ਕੱਟੀ ਜਾਂਦੇ ਵੀ ਇਹਦੇ ਵੀ ਪਿੱਛੇ ਕੱਟੇ, ਬਸ ਠੀਕ ਹੈ ਜੀ ਛੱਡ ਦਿਓ, ਹਲੋ ਪਿੱਛੇ ਕੱਟੀ ਜਨਾਬ, ਪਿੱਛੇ ਕੱਟੀ ਜੋਟੀ ਨੰਬਰ 2, ਜੋਟੀ ਨੰਬਰ 2 ਲੰਮੀ ਬੜੀ ਕੱਦ ਬੜਾ, ਐ ਦੇਖੋ ਬਰੀਕ ਪੂਛ ਵੱਖੀ ਛੋਟੀ ਕੋੜੀ ਦੁੰਨੀ ਬਿਲਕੁਲ ਸਾਫ, 14 ਲੀਟਰ ਸਮੈਤ ਬੱਚੇ, 14 ਲੀਟਰ ਮੌਜੂਦ ਹੈ, 8 ਦਿਨ ਦੀ ਸੂਈ ਹੋਈ, ਠੀਕ ਹੈ, ਪਿੱਛੇ ਕੱਟੀ ਇੱਕ ਰੰਗ ਦੀ ਸਿਰੀ ਸੋਹਣੀ, ਅੱਖਾਂ ਕਾਲੀਆਂ ਕੋੜੀ ਦੁੰਨੀ ਸਾਫ, ਸਾਰੀਆਂ ਮੱਝਾਂ ਦੇ, ਐ ਦੇਖੋ ਬਰੀਕ ਪੂਛ, ਹਾਂਜੀ ਠੀਕ, ਨੀਲੀ ਦਾ ਸਿੰਗਲ ਅੱਡੀ, ਗੱਲ ਕਰੀਏ ਡਿਮਾਂਡ ਦੀ, ਪਿੱਛੇ ਕੱਟੇ ਬੱਚੇ ਵੀ ਵਿਖਾ ਜਾਣਗੇ, ਬਿਲਕੁਲ ਉਹ ਲਾਓ ਜਿਹੜੇ ਲੈ ਲੈਣੇ ਨੇ, ਨੰਬਰ 2, ਹਾਂਜੀ ਨੰਬਰ 2 ਚੋਟੀ ਵਾਰਾ ਦੂਸਰਾ, ਬਾਕੀ ਗੱਲ ਦੱਸ ਦਿੱਤੀ, 14 ਲੀਟਰ ਟੋਟਲ ਦੁੱਧ ਕੱਟੀ ਸਾਡੇ ਮੌਜੂਦ, 3,75,000 ਰੁਪਈਆ ਫਾਈਨਲ ਡਿਮਾਂਡ ਹੋਵੇਗੀ, ਵਿੱਚੋਂ ਨਹੀਂ ਆਉਣਾ, ਉਹਨਾਂ 50 ਛੱਡਾਂ 60 ਛੱਡਾਂ ਉਹ ਕੰਮ ਨਹੀਂ ਆਉਣਾ ਨੇ, ਜੋਟੀ ਨੰਬਰ 2 3,75,000 ਰੁਪਈਆ ਆਵਾਜ਼ ਦੇ ਵਿੱਚ, 3,75,000 ਜੋਟੀ ਨੰਬਰ 2, 14 ਕਿਲੋ ਜਨਾਬ ਦੁੱਧ ਮੌਜੂਦ ਹੈ, ਥੱਲੇ ਕੱਟੀ 8 ਦਿਨਾਂ ਦੀ ਸੂਈ ਹੋਈ, ਬਿਲਕੁਲ ਲਓ ਜਨਾਬ, ਚਲੋ ਜੀ ਕਮਾਲ ਹੈ ਜੀ, ਅੱਗੇ ਆਓ ਜੀ, ਲਓ ਜੀ ਜੋਟੀ ਨੰਬਰ 3, ਜੋਟੀ ਨੰਬਰ 3 ਬਾਈ ਰਿਆਜ਼ ਮਾਸ਼ਾਅੱਲਾ ਜੀ, ਤੀਸਰਾ ਵਾਰਾ, ਠੀਕ ਹੈ ਜੀ, ਦੂਸਰਾ ਨਹੀਂ ਤੀਸਰਾ, ਤੀਸਰਾ ਵਾਰਾ, ਠੀਕ ਹੈ, ਤੀਸਰਾ ਵਾਰਾ ਸੋਹਣਾ ਲਿਬਾਸ, ਠੀਕ ਹੈ, ਬਰੀਕ ਪੂਛ ਮਾਸ਼ਾਅੱਲਾ, ਬਰੀਕ ਹੱਡੀਆਂ ਵਾਲੀ, ਪਿਓਰ ਦਰਿਆ ਦੀ, ਬੇਟਾ ਨਾ ਮਾਰ, ਬੇਟਾ ਨਾ ਮਾਰ, ਠੀਕ ਹੋ ਗਿਆ ਜੀ, ਠੀਕ ਹੋ ਗਿਆ, ਲਓ ਜਨਾਬ, ਸੋਹਣਾ ਲਿਬਾਸ, ਮੋਠਾ ਵਾਲਾ ਥਣ, ਕੱਦ ਕਾਟ ਚੰਗਾ, ਐ ਵੇਖੋ ਨੀਲੀ ਦੇ ਬਟਨ, ਨੀਲੀ ਦੇ ਬਟਨ ਜੋ 2 ਮੌਜੂਦ ਹਨ, ਥੱਬਾ ਲਾਈ ਖਲੀ ਹੈ, ਮਾਸ਼ਾਅੱਲਾ, ਸੋਹਣਾ ਥਣ, ਇਹਦੇ ਪਿੱਛੇ ਕੱਟਾ, ਠੀਕ ਹੈ ਭਾਈ ਰਾਜ, ਠੀਕ ਹੈ, ਤੀਸਰਾ ਵਾਰਾ ਇੱਥੇ ਗਿਆ, ਠੀਕ ਹੈ ਜਨਾਬ, ਬਰੀਕ ਜੋਤੀ ਬਰੀਕ, ਕੋੜੀ ਦੁੰਨੀ ਬਿਲਕੁਲ ਕਤਾ ਨਿਸ਼ਾਨ ਨਹੀਂ, ਮੈਂ ਦੀ ਸਿੰਘੀ ਸੋਹਣੀ, ਬਰੀਕ ਹੱਡਾਂ ਕਾਠਾਂ ਵਾਲੀ, ਕੱਦ ਵਾਲੀ ਮਾਸ਼ਾਅੱਲਾ, ਨਸਲ ਜ਼ਾਤ ਵਾਲੀ, ਪਿਓਰ ਦਰਿਆ ਦੀ, ਮੈਂ ਸ਼ਬਾਸ ਕੋਲ ਕੋੜੀ ਦੁੰਨੀ ਨਹੀਂ ਲੱਭੇਗੀ, ਲੈਣਾ ਦੇਣਾ ਬਾਈ ਤੁਹਾਡਾ ਨਸੀਬ ਦੀ ਗੱਲ, ਸ਼ਬਾਸ ਬਾਈ ਥੋੜਾ ਜਿਹਾ ਮਾੜਾ ਜਿਹਾ ਫੇਰ ਦਿਓ ਨਾ, ਡਿਮਾਂਡ ਵਿਖਾ ਦਈਏ, ਗੱਲ ਕਰੀਏ ਡਿਮਾਂਡ ਦੀ ਤੇ ਦੁੱਧ ਦੀ, ਪਹਿਲੇ ਮੈਨੂੰ ਦੱਸੋ ਇਹਦੇ ਥੱਲੇ ਕੀ, ਥੱਲੇ ਕੱਟਾ, ਥੱਲੇ ਕੱਟਾ ਦੇ ਦੀ ਸੂਈ ਹੋਈ, ਠੀਕ ਹੈ, 13 ਲੀਟਰ ਠੰਡਾ ਮੌਜੂਦ ਹੈ, ਠੀਕ ਹੋ ਗਿਆ, ਇਨਸ਼ਾਅੱਲਾ ਜਿਹੜਾ ਦੁੱਧ ਦਸਤਾ ਪਿਆ ਇਹ ਹੈਗਾ ਕਿਲੋ ਵਧੇਗਾ, ਇਹ ਨਾਲ ਹੀ ਵਧਣਾ ਵੀ ਹੈ, ਮੈਲਾ ਮੂਲਾ ਕਿਸੇ ਮੈਂ ਨਹੀਂ ਸੱਤਾ, 13 ਕਿਲੋ ਦੁੱਧ ਇਹਦੀ ਡਿਮਾਂਡ ਬਿਲਕੁਲ ਸਾਰਿਆਂ ਦੀ ਜਾਇਜ਼, 3,35,000 ਇਹਦੀ ਡਿਮਾਂਡ ਹੈ, ਜੋਟੀ ਨੰਬਰ 3, 3,35,000 ਰੁਪਈਆ 14 ਕਿਲੋ ਦੁੱਧ ਜੀ, ਬਿਲਕੁਲ 3,35,000 ਔਰ 14 ਕਿਲੋ ਦੁੱਧ, ਬਿਲਕੁਲ ਬਰੀਕ ਜੋਟੀ, ਹਾਂਜੀ, ਇਹ ਵੇਖ ਲਓ ਜੋਟੀ ਨੰਬਰ 3, ਆਜੋ ਜੀ ਆਜੋ, ਮਾਸ਼ਾਅੱਲਾ ਜਨਾਬ ਕਮਾਲ ਹੋ ਗਈ ਜੀ, ਥੱਲੇ ਕੱਟੀ ਕੱਟਾ ਜੀ, ਕੱਟਾ ਕੱਟਾ ਥੱਲੇ ਕੱਟਾ, ਅੱਗੇ ਆਓ ਜੀ, ਲਓ ਜਨਾਬ ਜੋਟੀ ਨੰਬਰ 4, ਸ਼ਬਾਸ਼ ਬਾਈ ਮੈਂ ਆ ਗਿਆ ਜੀ, ਜੋਟੀ ਨੰਬਰ 4, ਮਾਸ਼ਾਅੱਲਾ, ਠੀਕ, ਰੁਕ ਰੁਕ ਦਾ ਥਾਣ, ਇਹ ਵੀਰ ਵੇਖਦੇ ਨੂੰ ਬੱਚਾ ਪੀਆ ਮੇਰੀ, ਮੈਂ ਕੋਈ ਥਣਾ ਤਾਂ ਨਹੀਂ ਆਈ ਹੋਈ, ਬਕਾਇਆ ਮੈਂ ਚੈੱਕ ਕਰ ਲਓ, ਕੋਈ ਗੱਲ ਨਹੀਂ ਜਨਾਬ, ਮੇਰਾ ਲਿਬਾਸ ਵੀਰ ਆ ਜਾਵੇ, ਨਾ ਛੱਡੋ ਬਾਈ ਰਾਸ, ਬੜਾ ਚੱਡਾ ਜਿਹੜਾ ਹੈਗਾ ਉਹ ਹੈਗਾ ਹੀ ਹੈ ਮੇਰਾ ਭਾਈ, ਠੀਕ, ਇਵੇਂ ਹੀ ਚੋਵਣ ਇੱਕ ਕੱਢੀ ਪਿਛਲੇ ਪੈਰ ਧੋਤੇ ਹੋਏ, ਉਹ ਕੈਮਰੇ ਵਿੱਚ ਨਜ਼ਰ ਮਾਰੀ ਆਓ, ਤੁਹਾਨੂੰ ਸਾਰਾ ਨਜ਼ਰ ਆ ਜਾ ਸੀ, ਇਨਸ਼ਾਅੱਲਾ ਵੀਰ ਬਰਾਤ ਤਸੱਲੀ ਕਰ ਲਵਣ, ਇਹ ਕੁਵਾੜੇ ਰੰਗੀ ਅੱਡੀ,
ਇਹ ਮਾਸ਼ਾਅੱਲਾ ਡਾਕਾਂ ਬੜੀਆਂ ਪਿਆਰਿਆਂ, ਕੱਟ ਕੱਟ ਸੋਹਣਾ, ਪਿਓਰ ਜੈਨੂਇਨ ਨੀਲੀ ਦੀ। ਠੀਕ ਹੈ, ਪਿਛਲਾ ਹੀ ਸਭ ਖਾਸ ਹੈ ਇਨਸ਼ਾਅੱਲਾ। ਠੀਕ ਹੈ, ਤੁਹਾਨੂੰ ਮਜ਼ਾ ਆਵੇਗਾ। ਪਿੱਛੇ ਇਹਦੇ ਵੀ ਕੱਟਾਂ ਨੇ। ਠੀਕ ਹੈ ਜੀ, ਇੱਕ ਮਿੰਟ ਮੈਂ ਨਾ ਤੁਹਾਨੂੰ ਪਿੱਛ ਆਗਾ ਵਿਖਾ ਲਾਂ। ਲਿਆਓ ਜੀ, ਲਿਆਓ, ਬਿਲਕੁਲ ਲਿਆਓ। ਸਰ ਇੱਕ ਇੱਕ ਤੋਰੀ ਨਾਲ ਰਿਆਤ ਟਾਈਮ ਲੱਗਦਾ ਹੈ, ਤੇ ਵੀਡੀਓ ਜ਼ਿਆਦਾ ਲੰਮੀ ਹੋ ਜਾਸੀ। ਚੱਲ ਗਏ ਪੁੱਤਰ ਜੀ, ਸ਼ਾਬਾਸ਼। ਜੋਤੀ ਨੰਬਰ 4 ਐ ਲਾ ਵੇਖ ਨਾਲੇ। ਲਓ ਜਨਾਬ, ਅਨਮੋਲ ਹੀਰਾ। ਇੱਕ ਮਿੰਟ ਰਿਆਤ, ਗਿੱਟ ਗਿੱਟ ਪਸ਼ਮ। ਠੀਕ ਹੈ, ਜਿਹੜੇ ਮੁੱਲ ਦੇਵਾਂਗਾ ਹਾਂਜੀ, ਫਿਰ ਵੀ ਮੇਰੇ ਬਰਾਕ ਗਲਤ ਕਮੈਂਟ ਕਰਨ ਦਾ ਉਹਨਾਂ ਦੀ ਮਰਜ਼ੀ ਹੈ। ਕਤਰੀ ਕਤਰੀ ਸਿਰ, ਮੱਥਾ ਸਫੈਦ, ਅੱਖਾਂ ਸਫੈਦ, ਲਵੀ ਜੋਟੀ, ਇਹ ਪਹਿਲਣ ਹੈ। ਅਗਰ ਜੋਟੀ ਦੂਜਣ ਹੋਵੇ ਮੇਰੀ ਜ਼ਿੰਮੇਦਾਰੀ। ਪਹਿਲਣ ਹੈ ਜਣ, ਮੈਨ ਪਹਿਲਣ ਪਿੱਛੇ ਕੱਟਾ। ਠੀਕ ਹੈ ਜਨਾਬ। 15 ਲੀਟਰ ਨਚੋੜ ਸਾਰਾ ਦੁੱਧ, 9 ਦਿਨ ਸੂਈ ਨੂੰ ਹੋਣ, 10 ਦਿਨ। ਠੀਕ ਹੈ, ਇਹ ਕੰਡ ਛੱਜਾ ਰੰਗੇ ਮਾਸ਼ਾਅੱਲਾ, ਨਾਸ ਫਿੰਨੀ ਕੋੜੀ ਦੁੰਨੀ ਛੰਡਵੀ ਜਾਂਦੀ। ਗੱਲ ਕਰੀਏ ਡਿਮਾਂਡ ਦੀ, ਪਿੱਛੇ ਕੱਟਾ, ਗੱਲ ਕਰੀਏ ਡਿਮਾਂਡ ਦੀ, 3,65,000 ਰੁਪਈਆ ਫਾਈਨਲ 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 ਬਰੀ ਨਹੀਂ ਪਵੇਗੀ। 3,65,000 ਨੰਬਰ 4 ਜੋਟੀ ਨੰਬਰ 4 3,65,000 ਰੁਪਈਆ ਪਹਿਲਣ ਸ਼ਰਤੀਆ ਜੋਟੀ ਨੰਬਰ 4 ਮੇਰੀ ਜ਼ਿੰਮੇਦਾਰੀ ਹੋਵੇਗੀ। ਜੋਟੀ ਨੰਬਰ 4 ਜਨਾਬ 3,65,000, 14 ਕਿਲੋ ਦੁੱਧ ਦੱਸਣ ਜੀ। ਬਿਲਕੁਲ ਦੱਸਣ ਹੀ ਹੈ, 14 ਕਿਲੋ ਦੁੱਧ ਮੌਜੂਦ ਹੈ। 14-15 ਚਲੋ ਕੋਈ ਨਹੀਂ, 14 ਹੀ ਦੱਸੋ ਤੁਸੀਂ। ਲਓ ਜਨਾਬ ਅਨਮੋਲ ਹੀਰੇ, ਅੱਜ ਵੀਰਾਂ ਨੂੰ ਜਨਾਬ ਅੱਲਾ ਦੇ ਹੁਕਮ ਨਾਲ ਕਮਾਲ ਦੇ ਬ੍ਰਾਂਡ ਵਿਖਾਉਂਦੇ ਪਏ, ਲੈਣਾ ਦੇਣਾ ਮੁਕੱਦਰ ਜਾਂ ਨਸੀਬ ਹੈ। ਮੇਰਾ ਭਰਾ 5 ਨੰਬਰ ਤੇ ਆ ਜਾਓ ਜੀ, ਮਾਸ਼ਾਅੱਲਾ ਨੰਬਰ 5 ਮਾਸ਼ਾਅੱਲਾ ਜੀ, ਮਾਸ਼ਾਅੱਲਾ। ਵੱਡਾ ਕੱਦ, ਥੱਬੇ ਦਾ ਲਿਬਾਸ, ਮਾਸ਼ਾਅੱਲਾ, ਚੰਗੇ ਕੱਦਾਂ ਕਾਠਾਂ ਵਾਲੀਆਂ ਮਈ, ਚੰਗੇ ਵੱਡੇ ਜੋੜਾਂ ਦੀਆਂ। ਠੀਕ ਹੈ, ਬਰੀਕ ਪੂਛ, ਸਿੰਗਲ ਅੱਡੀ, ਡਾਕਾਂ, ਪੁੱਠੇ, ਖੁੱਡਾ ਮੈਂ ਦਾ ਚੰਗਾ, ਇਹ ਬਾਕੀ ਤੁਸੀਂ ਨਜ਼ਰ ਮਾਰ ਲਓ। ਨਹੀਂ ਜੀ, ਮੈਂ ਵੀਰਾਂ ਤਸੱਲੀ ਕਰਾਂ, ਤਸੱਲੀ ਕਰਾ ਲਓ। ਠੀਕ ਹੈ, ਜਿਹੜੀ ਮੈਂ ਚੋਸ ਹੈ ਹਾਂਜੀ, ਇੱਕ ਦੂਏ ਤੋਂ ਅੱਲਾ ਦੇ ਫਜ਼ਲ ਨਾਲ ਵਾਧੂ ਹੋਵੇਗੀ, ਘੱਟ ਨਹੀਂ ਹੋਵੇਗੀ। ਠੀਕ ਹੋ ਗਿਆ, ਇਹ ਮੇਰਾ ਐਲਾਨ ਹੈ। ਠੀਕ ਹੋ, ਲੀਕ ਵਾਲਾ ਲਿਬਾਸ ਹੈ, ਲੀਕ ਵਾਲਾ ਲਿਬਾਸ ਹੈ। ਇਸ ਮੈਂ ਦੀ ਅਗਾੜੀ ਪਛਾੜੀ ਦਾ ਸਿਰਫ 1.5 ਕਿਲੋ ਦਾ ਫਰਕ ਹੈ, ਜਿਹੜਾ ਮਰਜ਼ੀ ਯਾਦ ਚੋ ਲਵੇ। ਵਾਹ ਜੀ ਵਾਹ, ਜਿੰਦਾ ਪਛਾੜੀ ਦਾ 1.5 ਕਿਲੋ ਦਾ। ਜਾ ਰਾਜ਼ੀ ਹਾਂ ਸ਼ਬਾਸ਼ ਬਾਈ ਤੇਰੇ ਤੇ, ਮਾਸ਼ਾਅੱਲਾ। ਦੇਵਾਂਗਾ ਬੰਦੇ ਵੇਖਣਗੇ। ਦੁੱਧ ਕਿੰਨਾ ਜੋਠੀ ਕੋਲ? 16 ਲੀਟਰ। 16 ਲੀਟਰ, 16 ਲੀਟਰ ਤੂੰ ਮੁਰਾਦ, 16 ਲੀਟਰ ਹੀ ਹੈ ਚਵਾਣਾ ਹੈ ਤੂੰ ਲਕੀਰ। 1 ਦਿਨ 2 ਦਿਨ 3 ਦਿਨ ਹਫਤਾ ਮੇਰੀ ਮੈਚ ਹੋ ਸਕਦਾ ਹੈ। ਵਾਹ ਜੀ ਵਾਹ, ਜ਼ਿੰਦਾਬਾਦ। ਮੈਂ ਖਰਚਾ ਪਾਣੀ ਦੇਵਨ ਦਾ ਜ਼ਿੰਮੇਦਾਰ ਹੋਵਾਂਗਾ। ਛੱਟਾ ਫੁਆਰਾ ਗਿਲਟੀ ਮਰੋੜੀ ਉਸ ਮਾਮਲੇ ਨੂੰ ਉਹਨਾਂ ਵੀ ਲਵੇ, 2 ਚਵਾਈਆਂ 3 ਚਵਾਈਆਂ। ਠੀਕ ਹੈ, ਵੀਡੀਓ ਕਾਲ ਤੇ ਕਰ ਸਕਦਾ ਹੈ, ਮਾਲ ਵੀਡੀਓ ਕਾਲ ਕਰ ਤੇ ਵੇਖੋ। ਠੀਕ ਹੈ ਜੀ, ਮਾਸ਼ਾਅੱਲਾ, ਚੰਗੇ ਕੱਦ ਕਾਠ ਵਾਲੀ, ਵਜ਼ਨ ਵੇਟ ਵਾਲੀ। ਜੇ ਤਾਂ ਬਲੇਤਨ ਗਾਂ ਹੀ ਹੈ ਜੀ, ਮਾਸ਼ਾਅੱਲਾ। ₹4,20,000 ਲੋ ਜੀ, ਚਾਤਾ ਹੋਣ ਗਿਆ 5 ਨੰਬਰ ਦਾ 4,20,000। ਹਾਂਜੀ, ਨੰਬਰ 6 ਲੋ ਜੀ, ਨੰਬਰ 6 ਫੇਸ ਕੁਆਲਿਟੀ ਵੀ ਵੇਖ ਲਓ ਜਨਾਬ, ਨੰਬਰ 6 ਮੱਝ ਅੱਗੇ ਵੀ ਵਿਖਾਈ ਹੈ, ਅੱਗੇ ਮੈਂ ਦੁੱਧ ਨਹੀਂ ਪਈ ਆਈ। ਠੀਕ ਹੈ ਜੀ, 6 ਨੰਬਰ ਤੇ ਲੰਡੀ ਮੱਝ ਅੱਗੇ ਵੀ ਵਿਖਾਈ ਹੋਈ ਹੈ, ਨੀਲੀ ਦਾ ਹੀਰਾ ਵੱਡੇ ਜੋੜਾ। 18 ਕਿਲੋ ਵਿੱਚ ਹੀ ਆਵਾਜ਼ ਦੇਵਾਂਗਾ, 18 ਕਿਲੋ ਥੱਬਿਆਂ ਦਾ ਲਿਬਾਸ, 18 ਕਿਲੋ 2 ਬਟਨ ਮੌਜੂਦ, ਚੋ ਚੋ ਤੇ ਥੱਕ ਜਾਵੋਗੇ ਅੱਲਾ ਦੇ ਫਜ਼ਲ ਨਾਲ। ਰੁੱਗ ਵਾਲਾ ਥਣ, ਪਹਿਲੇ ਮੈਂ ਦੁੱਧੀ ਨਹੀਂ ਪਈ ਆਈ, ਮੈਂ ਥੋੜੀ ਸੈੱਟ ਵੀ ਨਹੀਂ ਸੀ, ਠੰਡ ਠੁੰਡ ਹੈ। ਲਓ ਜੀ ਆਪ, ਇੱਕ ਕੱਢੀ ਚੌਕੜਾ ਬੜਾ, ਮੈਂ ਤਾਂ ਮਗਰੂ ਮਾਸ਼ਾਅੱਲਾ
ਏਡੀ ਮੈਂ ਦੀ ਵੱਖੀ, ਏਡੀ ਲੱਕੜ ਬੜੀ ਘੱਟ ਲੱਭਦੀ ਹੈ। ਦੋ ਦੋ ਗਿੱਠਾਂ ਦੇ ਪਸ਼ਮ ਸਾਰੇ ਜਿਸਮ ਤੇ, ਤੀਰ ਸਿੱਧੀ ਕੰਡ ਹੈ, ਥੱਬੇ ਦੇ ਲਿਬਾਸ ਹੈ, ਦੁਰੇ ਮੈਂ ਦੇ ਬੜੇ ਪਿਆਰੇ ਨੇ। ਇਹ ਮੇਰੇ ਵੀਰ ਚੱਕ ਲਵਣ, ਬਟਨ ਲੱਗੇ ਹੋਏ ਨਾ ਜਿਹਨੂੰ ਬਟਨ ਆ ਦੇਣ, ਰੁਕ ਰੁਕ ਦਾ ਥਣ ਏਦਾਂ ਚਵਾਈ। 18 ਲੀਟਰ 17.5 ਵੀ ਹੋਵੇ ਜਿੰਨੇ ਦੀ ਮੈਂ ਮੁੱਕੇ, 17.5 ਵੀ ਹੋਵੇ ਜਿੰਨੇ ਦੀ ਮੈਂ ਮੁੱਕੇ, ਇੱਕ ਗੱਡਵੀ ਦਾ 9000 ਰੁਪਇਆ ਘਟਾ ਦੇਵੀ ਜਾ ਰਾਜੀ ਆ ਤੇਰੇ ਤੇ ਤੋਲ ਲਵੀ ਰਾਜੀ ਆ ਯਾ ਤੂੰ ਵੈਸੇ ਮਿਲ ਲੈ ਸਾਨੂੰ ਕੋਈ 18 ਕਿਲੋ ਟੋਟਲ ਟੋਟਲ ਸੂਈ ਨੂੰ 9 ਤੋਂ 8 ਦਿਨ ਹੋ ਗਏ ਠੀਕ ਹੈ ਥੱਲੇ ਕੱਟਾ ਥੱਲੇ ਕੱਟਾ ਇਹਦਾ ਮੂੰਹ ਰਾ ਕਰਿਓ ਮਾਸ਼ਾਅੱਲਾ ਇਹ ਚੱਕਰ ਬੇੜੇ ਜਿਹੜੀ ਮੱਝ ਹੈ ਮਾਸ਼ਾਅੱਲਾ ਜੀ ਵੱਡੇ ਕਾਦਾ ਇਹਦਾ ਮੂੰਹ ਤੇ ਪੈਂਦਾ ਦੋ ਦਿਨ ਇਹ ਵੇਖੋ ਅੱਜ ਮੱਝ ਮੈਲਾ ਨਹੀਂ ਸੱਟਾ ਲਓ ਜੀ ਮਾਸ਼ਾਅੱਲਾ ਜੀ ਇਹ ਚੱਕਰ ਮੱਝ ਨੰਬਰ 6 ਮੱਝ ਨੰਬਰ 6 ਮੱਝ ਨੰਬਰ 6 ਆ ਗਈ ਚੱਕ ਕਰਾਓ ਜੀ ਮਾਸ਼ਾਅੱਲਾ ਚਲੋ ਜੀ ਸੁਭਾਸ਼ ਭਾਈ ਥੱਲੇ ਕੱਟਾ ਥੱਲੇ ਕੱਟਾ ਗੱਲ ਕਰੀਏ ਡਿਮਾਂਡ ਦੀ ਕਰੋ 4,25,000 ਰੁਪਇਆ ਫਾਈਨਲ ਜਿਹੜੇ ਮੈਂ ਲੈਣੇ ਨੇ ਮੈਂ ਫਰੀ ਨਹੀਂ ਬਣਾਣੀ 4,25,000 ਬਾਕੀ ਸਾਰੀ ਗੱਲ ਛੱਡੋ ਤੁਸੀਂ 4,25,000 ਰੁਪਇਆ ਨੰਬਰ 6 ਨੰਬਰ 6 ਵਾਰਾ ਦੂਜਾ ਇੱਧੇ ਵੇਖ ਯਾਰ ਅੱਜ ਜਿਹੜਾ ਬੰਦਾ ਲਵੇਗਾ ਨਸੀਬਾਂ ਵਾਲਾ ਹੋਵੇਗਾ ਤੇ ਮੈਂ ਤੈਨੂੰ ਕਸਮ ਚਾਹਣਾ ਸੌਦਾ ਆਰਾਮ ਹੁੰਦਾ ਜਿਹੜਾ ਬੰਦਾ ਲੈ ਜਾਵੇਗਾ ਮੇਰੀ ਜਿਹੜੀ 5 ਨੰਬਰ ਵਾਲੀ ਹੈ ਹਾਂਜੀ 5ਵੇਂ ਨੰਬਰ ਵਾਲੀ ਮੈਂ ਤਾਂ ਕੰਮ ਵੇਖ ਕੀ ਬਾਤ ਤੇ ਮੇਰੀ ਮਾਈ ਨੂੰ ਟਾਈਮ ਹੋਵੇ ਤੁਸੀਂ ਯਾਦ ਆ ਦੀ ਤਸੱਲੀ ਕਰ ਲਵੇ ਉਹਦੇ ਰੋਲੇ ਦੀ ਗੱਲ ਹੀ ਕੋਣੀ ਬਿਲਕੁਲ 4,25,000 ਜਿਹੜੇ ਲੈ ਲੈਣੇ ਇਹਦੇ ਵਿੱਚ ਸਿਗਰਟ ਪਾਣੀ ਚਾਹ ਪਾਣੀ ਹੋਣਾ ਭਾਈ ਇਸ ਤੋਂ ਗਣੀ ਗੱਲ ਨਹੀਂ 4,25,000 6 ਨੰਬਰ ਮੱਝ ਦਾ 6 ਨੰਬਰ ਮੱਝ ਦਾ 4,25,000 ਹਾਂਜੀ ਲਿਆਓ ਜੀ 7 ਨੰਬਰ ਵਿਖਾ ਜੋਟੀ ਛੱਡ ਦੇ ਇਧਰ ਲਿਆ ਮੱਝ 7 ਇੱਥੇ ਪਹਿਲੇ ਵਿਖਾਏ ਮੋਚ ਲਿਆਓ ਜੀ ਵਾਰਾ ਵਾਰਾ ਕਿੰਨਵਾਂ ਸ਼ਬਾਸ ਭਾਈ ਚੌਥਾ ਵਾਰਾ ਤੀਸਰਾ ਚੌਥਾ ਲਓ ਜੀ ਮਗਰੂ ਕੰਮ ਪਹਿਲਣਾ ਵਾਲੇ ਕੀ ਬਾਤ ਬਰੀਡ ਵਾਲਾ ਬੰਦਾ ਲਵੇਗਾ ਹੋਰ ਬੰਦੇ ਨੂੰ ਹੱਥ ਵੀ ਨਹੀਂ ਲਾਣਾ ਠੀਕ ਹੈ ਜੀ ਗੱਲ ਸਾਫ ਜਿਹੜੀ ਹੋਵੇ ਕੀ ਬਾਤ ਦੁੱਧ ਠੰਡਾ 12 ਕਿਲੋ ਠੀਕ ਹੈ ਚੌਥਾ ਸੂਆ ਮਗਰ ਕੱਟਾ ਬੜਾ ਸ਼ਹਿਜ਼ਾਦਾ ਹੈ ਰੱਖਣਾ ਜਾਨਵਰ ਦੋ ਤੇ ਖਲੋਵੇ ਦੁੱਧ ਨੂੰ ਪਵੇ ਤੇ ਪਤਾ ਲੱਗਦਾ ਹੁੰਦਾ ਹੈ ਹਾਂਜੀ ਹਾਂਜੀ ਰੋਗ ਵਾਲਾ ਥਾਣਾ ਹੀ ਜਿਵੇਂ ਪਹਿਲਾਂ ਆਉਂਦੀਆਂ ਨੇ ਇਹਦੇ ਥਾਣਾ ਬੜਾ ਪਿਆਰਾ ਸ਼ਬਾਸ ਭਾਈ ਇਹਨਾਂ ਲੱਗਾ ਦੋ ਗਿੱਠ ਪਹਿਲਣ ਮੈਂ ਪਿੱਛੋਂ ਲੱਗਦੀ ਇਹ ਜਿਹੜਾ ਵੇਖੇਗਾ ਹਾਂਜੀ ਉਹਦੇ ਵੇਖ ਤੇ ਨਸਲੀ ਮਈ 11-11 ਸੂਏ ਸੂ ਤੇ ਸਿਰ ਨਹੀਂ ਵਧਾਉਂਦੀਆਂ ਤੇ ਥਾਣੀ ਵਧਾਉਂਦੀਆਂ ਕੀ ਬਾਤ ਹੈ ਤੇ ਮੈਂ ਪਿਓ ਦਰਿਆ ਥੱਲੇ ਕੱਟਾ ਥੱਲੇ ਕੱਟੇ ਮੱਝ ਨੰਬਰ 7 12 ਲੀਟਰ ਤੂੰ 13 ਲੀਟਰ ਦੁੱਧ ਹੈ ਹਾਂਜੀ ਗੱਲ ਕਰੀਏ ਡਿਮਾਂਡ ਦੀ ਆਓ ਜੀ ਉੱਤੇ ਆ 2,75,000 ਰੁਪਏ ਲੋਹੇ ਤੋਂ ਲਕੀਰ 2,75,000 ਲੋਹੇ ਤੋਂ ਲਕੀਰ ਲਓ ਜੀ ਫਾਈਨਲ ਰੇਟ ਵਰੀ 12 ਕਿਲੋ ਦੁੱਧ ਨਾ ਕਿਸੇ ਟਾਈਮ ਜ਼ਾਇਆ ਕਰਨਾ ਹੈ ਨਾ ਆਦਾ ਕਰਨਾ ਹੈ 12 ਕਿਲੋ ਦੁੱਧ ਤੇ 2,75,000 ਤੇ ਥੱਬੇ ਦਾ ਆਵਾਨਾ ਆ ਚੈੱਕ ਕਰੋ ਇਹ ਪਹਿਲਾਂ ਤੋਂ ਵਾਧੂ ਹੈ 2,75,000 ਦੀ ਮੈਂ ਤਾਂ ਥਣ ਵਿਖਾ ਦੇ ਤੇ ਮੈਂ ਫਰੀ ਦੇ ਸਕਦਾ 2,75,000 ਦੀ ਸਿਰਫ ਬਰੀਡ ਵਾਲਾ ਬੰਦੇ ਇੱਕ ਕੱਟੀ ਦੇ ਦੇ ਤੇ ਮੈਂ ਪੈਸੇ ਲਓ ਜਨਾਬ ਬੱਚੇ ਜਨਾਬ ਆ ਸਾਰੇ ਵੇਖ ਲੈਣੇ ਨੇ ਸਾਰੀਆਂ ਮੱਝਾਂ ਤਾਜ਼ੇ ਤਾਜ਼ੀਆਂ ਕੋ 8 ਦਿਨਾਂ ਦੀ ਕੋ 7 ਦਿਨਾਂ ਦੀ ਕੋ 10 ਦਿਨਾਂ ਦੀ ਦੋ ਕੱਟੀਆਂ ਨੇ ਬਸ ਬਾਕੀ ਸਾਰੇ ਕੱਟੇ ਲਓ ਜਨਾਬ ਆ ਆਖਰੀ ਮੈਂ ਤਾਂ ਕੱਟਾ ਵੇਖਣਾ ਧਿਆਨ ਨਾਲ ਵੀਰਾਂ ਨੂੰ ਆਂਦਰ ਬਰੀਡ ਇਹ ਚੈੱਕ ਕਰੋ ਮੱਝ ਨੰਬਰ 7 ਦਾ ਕੱਟਾ ਜਨਾਬ ਬੰਦਾ ਲੈ ਗਿਆ ਸੀ ਯਕੀਨ ਕਰੀ ਗੀਤ ਗਾਵੇਗਾ ਇਹ ਕੱਟਾ ਹੀ ਹੈ ਮੱਝਾ ਬਣਾ ਦੇ ਸੁਭਾਸ਼ ਭਾਈ ਕੋਈ ਗੱਲ ਨਹੀਂ ਜੋਟੀ ਨੰਬਰ 1 ਦੀ ਕੱਟੀ ਆਇਆ ਹੈ ਹਾਂ ਕੱਟੀ ਲਓ ਜਨਾਬ ਆ ਜੋਟੀ ਨੰਬਰ 1 ਦੀ ਕੱਟੀ ਦੋ ਨੰਬਰ ਦਾ ਬੱਚਾ ਵਿਖਾਓ ਕੋਈ ਗੱਲ ਨਹੀਂ ਦੋ ਨੰਬਰ ਵਾਲੀ ਦਾ ਬੱਚਾ ਆ ਕੱਟੀ ਦੇ ਇਹ ਭਾਈ ਇਹ ਕੱਟੀ ਦੂਸਰੇ ਨੰਬਰ ਵਾਲੀ ਦੀ ਤੀਸਰੇ ਨੰਬਰ ਵਾਲੀ ਦਾ ਕੱਟਾ ਕਰ ਤੀਸਰੇ ਨੰਬਰ ਵਾਲੀ ਦਾ ਆ ਕੱਟਾ ਆ ਚੌਥੇ ਨੰਬਰ ਵਾਲੀ ਦਾ ਆ ਕੱਟਾ ਆ ਕੱਟਾ ਆ ਗਿਆ ਆ ਪੰਜਵੇਂ ਨਾਲ ਛੇਵੇਂ ਨੰਬਰ ਵਾਲੀ ਦਾ ਆ ਕੱਟਾ ਇਹ ਛੇਵਾਂ ਕੀ ਬਾਤ ਹੈ ਤੇ ਠੀਕ ਹੋ ਗਿਆ ਸੱਤਵੇਂ ਵਾਲੀ ਦਾ ਬੱਲਾ ਸੱਤਵੇਂ ਵਾਲੀ ਦਾ ਬੱਲਾ ਪਹਿਲੇ ਵਿਖਾ ਦਿੱਤਾ ਵਿਖਾ ਜੋਟੀ ਵੇਖੀ ਨਾ ਲਓ ਜਨਾਬ ਸਾਰੀਆਂ ਮਹੀਨੇ ਵਿੱਚ ਨੱਗ ਹੁੰਦਾ ਵੇਖ ਅੱਲਾ ਦੇ ਖਾਸ ਫਜ਼ਲੋ ਕਰਮ ਨਾਲ ਜਨਾਬ ਵੀਰਾਂ ਨੂੰ ਅੱਜ ਜਨਾਬ ਬੜੇ ਮੁਨਾਸਬ ਰੇਟ ਦਿਵਾਏ ਹਨ ਔਰ ਕਿਉਂਕਿ ਸ਼ਬਾਸ਼ ਭਾਈ ਹਮੇਸ਼ਾ ਤੂੰ ਮੇਰਾ
ਬਹਿਸ ਕੀਤੀ ਘੰਟਾ ਪਹਿਲੇ। ਨਹੀਂ ਨਹੀਂ ਮੈਂ ਆਖਿਆ ਜੀ ਮਾਲ ਵੇਚ ਲਓ ਅੱਜ ਬਸ ਆ ਚੈੱਕ ਕਰ ਲਓ, ਥੋੜੀ ਮਸਰੂਫੀਅਤ ਵੀ ਹੈ ਤੈਨੂੰ ਪਤਾ ਹੈਗਾ, ਮਸਰੂਫੀਅਤ ਹੈਗੀ ਹੈ ਬਿਲਕੁਲ ਤੁਹਾਨੂੰ। ਆ ਲਓ ਜਨਾਬ ਅੱਜ ਜਨਾਬ ਵੀਰਾਂ ਨੂੰ ਮੁਨਾਸਬ ਰੇਟ ਔਰ ਇੱਕ ਦੋ ਤੋਂ ਵੱਧਦੀ ਚੜ੍ਹਦੀ ਮੱਝ ਦੀ ਵੀਡੀਓ ਵਿਖਾਈ ਹੈ। ਉਮੀਦ ਹੈ ਵੀਰਾਂ ਨੂੰ ਵੀਡੀਓ ਪਸੰਦ ਆਏਗੀ, ਵੀਡੀਓ ਪਸੰਦ ਆਏ ਲਾਈਕ ਸ਼ੇਅਰ ਮੁਹੱਬਤਾਂ ਵਾਲਾ ਕਮੈਂਟ ਵੀਰਾਂ ਲਾਜ਼ਮੀ ਕਰਨੇ ਜਨਾਬ। ਇਸੇ ਨਾਲ ਹੀ ਆਪਣੇ ਮੇਜ਼ਬਾਨ ਮੁਹੰਮਦ ਰਿਆਜ਼ ਨੂੰ ਇਜਾਜ਼ਤ ਦਿਓ, ਇਨਸ਼ਾਅੱਲਾ ਨਈਂ ਵੀਡੀਓ ਨਾਲ ਫਿਰ ਹਾਜ਼ਰ ਹੋਵਾਂਗੇ। ਅੱਲਾ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।